ਨਮਸਕਾਰ ਦੋਸਤੋ, ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਤੇ ਰਵੋ ਨਾੜੇ ਪੁਲਿਸ ਨੇ 8 ਸਾਲਾਂ ਤੋਂ ਲਾਪਤਾ ਵਿਅਕਤੀ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਕੀਤਾ ਹਵਾਲੇ। 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਾਨ ਵੀ ਦਬਾ ਲਓ। 14/8/2024 ਨੂੰ 13ਵੋ ਨਾੜੇ ਪੁਲਿਸ ਨੇ ਹੰਸਰਾਜ ਨਾਂ ਦੇ ਵਿਅਕਤੀ ਨੂੰ ਆਧਾਰ ਕਾਰਡ ਅਤੇ ਵੋਟਰ ਆਈ ਡੀ ਕਾਰਡ ਚੈੱਕ ਕਰਦੇ ਹੋਏ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ। ਉਸਦੇ ਪਰਿਵਾਰਿਕ ਮੈਂਬਰਾਂ ਵਿੱਚ ਉਸਦੀ ਭੈਣ ਮਾਲਤੀ ਦੇਵੀ ਤੇ ਉਸਦੇ ਚਚੇਰੇ ਭਰਾ ਪ੍ਰਦਿਉਮਨ ਅਤੇ ਅਮਿਤ ਕੁਮਾਰ ਉਸ ਨੂੰ ਲੈਣ ਆਏ ਹੋਏ ਸੀ। ਇਸ ਪ੍ਰਕਿਰਿਆ ਦੇ ਵਿੱਚ ਸ਼੍ਰੀ ਸੁਭਾਸ਼ ਚੰਦਰ, ਸਹਾਇਕ ਕਮਾਂਡੈਂਟ 27 ਬਟਾਲੀਅਨ BSF, ਕੰਪਨੀ ਕਮਾਂਡਰ BOP ਮੇਤਲਾ ਅਤੇ ਯੂਨਿਟ ਸਬ ਇੰਸਪੈਕਟਰ ਵੀ ਹਾਜ਼ਰ ਸਨ। ਗੌਰਤਲਬ ਹੈ ਕਿ ਹੰਸਰਾਜ ਨੂੰ ਸੀਮਾ ਸੁਰੱਖਿਆ ਬਲ ਦੀ 27 ਬਟਾਲੀਅਨ BOP ਮੇਤਲਾ ਨੇ 12 ਅਗਸਤ ਨੂੰ ਸਰਹੱਦ ਦੇ ਉੱਤੇ ਗ੍ਰਿਫਤਾਰ ਕੀਤਾ ਸੀ ਤੇ ਹੰਸਰਾਜ ਦੀ ਭੈਣ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਲਾਪਤਾ ਸੀ। ਉਹਨਾਂ ਨੇ ਨਜ਼ਦੀਕੀ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ ਅਤੇ ਗੁੰਮਸ਼ੁਦਾ ਦੇ ਪੋਸਟਰ ਵੀ ਲਗਾਏ ਗਏ ਸਨ। ਉਸਦੀ ਭੈਣ ਨੇ ਇਹ ਵੀ ਦੱਸਿਆ ਕਿ ਹੰਸਰਾਜ ਦੀ ਦਿਮਾਗੀ ਹਾਲਤ ਪਿਛਲੇ 15 ਸਾਲਾਂ ਤੋਂ ਅਸਥਿਰ ਹੈ, ਪਰ ਉਸਦੀ ਇਸ ਹਾਲਤ ਵਿੱਚ ਹੋਣ ਦਾ ਸਹੀ ਕਾਰਨ ਉਹ ਨਹੀਂ ਦੱਸ ਸਕੀ। ਹੰਸਰਾਜ ਦਾ ਪਤਾ ਹਿਲੋਲੀ ਥਾਣਾ ਮੋੜਵਾ ਤਹਿਸੀਲ ਪੂਰਵਾ ਜ਼ਿਲ੍ਹਾ ਉਨਾਵ UP ਦੱਸਿਆ ਜਾ ਰਿਹਾ ਹੈ। ਉੱਥੇ ਹੀ BSF ਅਤੇ ਪੁਲਿਸ ਦੇ ਇਸ ਕੰਮ ਨੂੰ ਮਾਨਤਾ ਪੂਰਕ ਮੰਨਦੇ ਹੋਏ ਲੋਕ ਸ਼ਲਾਘਾ ਵੀ ਕਰ ਰਹੇ ਨੇ। ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਦੀ ਇਹ ਸਪੈਸ਼ਲ ਰਿਪੋਰਟ।